ਯੋ ਵਟਸਅਪ ਜੀ, ਕਿਵੇਂ ਹੋ? ਕੀ ਹਾਲ ਚਾਲ? ਔਜ਼ਲ ਆਸ ਡੂਇੰਗ ਸੋ ਗੁੱਡ। ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, ਰੀਸੈਂਟਲੀ ਬਾਈ ਨੇ ਸ਼ੋਅ ਅਨਾਊਂਸ ਕੀਤੇ ਸੀਗੇ। ਸਾਰੇ ਸ਼ੋਅ ਆਲਰੇਡੀ ਸੋਲਡ ਆਊਟ ਹੋ ਚੁੱਕੇ ਆ ਪ੍ਰੋਪਰ, ਹੈ ਨਾ? ਇੱਕ ਹਿਸਾਬ ਦਾ ਵਰਲਡ ਟੂਅਰ ਹੀ ਕਹਿ ਲਓ, ਸਾਰਾ ਵਰਲਡ ਟੂਅਰ ਹੀ ਆਲਮੋਸਟ ਸੋਲਡ ਆਊਟ ਹੋ ਚੁੱਕਿਆ। ਸਪੈਸ਼ਲੀ ਜਿਹੜੇ ਸ਼ੋਅ ਇੰਡੀਆ 'ਚ ਅਨਾਊਂਸ ਹੋਏ ਸੀ ਨਾ, ਚੰਡੀਗੜ੍ਹ ਵਾਲਾ ਸ਼ੋਅ ਜਿਹੜਾ, ਹੈ ਨਾ, ਟਿਕਟਾਂ ਦਾ ਫਸਟ ਹਾਫ ਰਿਲੀਜ਼ ਕੀਤਾ ਗਿਆ ਸੀਗਾ, ਉਹ ਪਹਿਲੇ 3 ਮਿੰਟਾਂ 'ਚ ਸੋਲਡ ਆਊਟ ਹੋ ਗਿਆ ਸੀ। ਪਹਿਲੇ 3 ਮਿੰਟਾਂ 'ਚ ਹੀ ਮੈਂ ਟਿਕਟ ਖਰੀਦੀ ਸੀ, ਅਤੇ ਮਤਲਬ ਪਹਿਲੇ 3 ਮਿੰਟਾਂ 'ਚ, ਹੈ ਨਾ, ਚੰਡੀਗੜ੍ਹ ਵਾਲਾ ਜਿਹੜਾ ਸ਼ੋਅ ਸੀ ਉਹਦਾ ਫਸਟ ਹਾਫ ਸੋਲਡ ਆਊਟ ਹੋ ਚੁੱਕਿਆ ਸੀ। ਫਿਰ ਉਦੋਂ ਬਾਅਦ 10 ਮਿੰਟਾਂ ਬਾਅਦ ਫਿਰ ਹੋਰ ਟਿਕਟ ਲਾਈਵ ਹੋਈਆਂ, ਉਹ ਵੀ ਸੇਲ ਹੋ ਗਈਆਂ। ਚੰਡੀਗੜ੍ਹ ਵਾਲਾ ਸ਼ੋਅ ਆਲਮੋਸਟ, ਮਤਲਬ ਆਲਮੋਸਟ ਕੀ ਪ੍ਰੋਪਰ ਸੋਲਡ ਆਊਟ ਹੋ ਚੁੱਕਿਆ। ਹੁਣ ਚੰਡੀਗੜ੍ਹ ਦੇ ਸ਼ੋਅ ਦੀ ਕੋਈ ਟਿਕਟ ਨਹੀਂ ਮਿਲਦੀ। ਸੋ ਉਸ ਤੋਂ ਬਾਅਦ ਦਿੱਲੀ ਦੇ ਸ਼ੋਅ, ਹੈ ਨਾ, ਇੱਕ ਹੋਇਆ ਅਨਾਊਂਸ ਪਹਿਲੇ 30 ਮਿੰਟਾਂ 'ਚ ਸੋਲਡ ਆਊਟ, ਐਂਡ ਉਸ ਤੋਂ ਬਾਅਦ ਬਾਈ ਅਰਗੇ ਨੇ ਇੱਕ ਹੋਰ ਸ਼ੋਅ ਅਨਾਊਂਸ ਕੀਤਾ, ਉਹ ਵੀ ਸੋਲਡ ਆਊਟ ਹੋ ਚੁੱਕਿਆ। ਮਤਲਬ ਇੱਥੋਂ ਪਤਾ ਲੱਗ ਰਿਹਾ ਕਿ ਆਰਟਿਸਟ ਦਾ, ਹੈ ਨਾ, ਲੈਵਲ ਡੇ ਬਾਈ ਡੇ ਅਪ ਹੁੰਦਾ ਜਾ ਰਿਹਾ। ਐਂਡ ਰੀਸੈਂਟਲੀ ਜਿਹੜੀ ਸਭ ਤੋਂ ਵੱਡੀ ਚੀਜ਼ ਹੋਈ ਆ, ਜਿਹੜੇ ਤਾਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਦੇ, ਉਹਨਾਂ ਨੂੰ ਪਤਾ ਲੱਗ ਹੀ ਗਿਆ ਹੋਣਾ, ਜੋ ਕਿ ਆਪਣੇ ਆਪ 'ਚ ਵੱਡੀ ਗੱਲ ਆ। ਮੈਨੂੰ ਨਹੀਂ ਪਤਾ ਬਹੁਤ ਸਾਰੇ ਨਿਊਜ਼ ਚੈਨਲ ਇਸ ਚੀਜ਼ ਨੂੰ ਕਵਰ ਕਰਨਗੇ ਕਿ ਨਹੀਂ, ਬਟ ਆਪਣੇ ਆਪ 'ਚ ਵੀ ਵੱਡੀ ਗੱਲ ਆ। ਕਰਨ ਔਜਲੇ ਤੋਂ ਪਹਿਲਾਂ ਦਲਜੀਤ ਦੋਸਾਂਝ ਇੱਕ ਇੱਦਾਂ ਦਾ ਆਰਟਿਸਟ ਆ ਜਿਹਦਾ ਫੈਨ, ਮਤਲਬ ਬਹੁਤ ਕ੍ਰੇਜ਼ੀ ਹੁੰਦਾ ਜਾ ਰਿਹਾ ਫੈਨ ਬੇਸ ਉਹਦਾ। ਅਰੀਨਾ ਛੱਡੋ, ਹੈ ਨਾ, ਸਟੇਡੀਅਮ ਸੋਲਡ ਆਊਟ ਕਰ ਰਿਹਾ, ਜੋ ਕਿ ਆਪਣੇ ਆਪ 'ਚ ਕਾਫੀ ਵੱਡੀ ਗੱਲ ਆ। ਐਂਡ ਹੁਣ ਤੱਕ ਸਭ ਤੋਂ ਜ਼ਿਆਦਾ ਜਿਸ ਪੰਜਾਬੀ ਆਰਟਿਸਟ ਦੇ ਮੰਥਲੀ ਲਿਸਨਰ ਸੀਗੇ, ਉਹ ਸੀਗਾ ਦਲਜੀਤ ਦੋਸਾਂਝ। ਦਲਜੀਤ ਦੋਸਾਂਝ ਬਾਈ ਨੇ, ਹੈ ਨਾ, ਬਾਲੀਵੁੱਡ ਦੇ ਵਿੱਚ ਮਲਟੀਪਲ ਆਫ ਗਾਣੇ ਕੀਤੇ ਆ। ਕਰਨ ਔਜਲੇ ਨੇ ਹਜੇ ਸਿਰਫ ਇੱਕ ਗਾਣਾ ਕੀਤਾ। ਦਲਜੀਤ ਦੋਸਾਂਝ ਬਾਈ ਆਏ ਸਾਲ ਐਲਬਮ ਵੀ ਛੱਡ ਰਿਹਾ, ਸਿੰਗਲ ਟਰੈਕਸ ਵੀ ਕਰ ਰਿਹਾ, ਹੈ ਨਾ, ਬਾਲੀਵੁੱਡ ਦੇ ਵਿੱਚ ਵੀ, ਹੈ ਨਾ, ਦੂਜੀ ਤੀਜੀ ਫਿਲਮ 'ਚ ਦਲਜੀਤ ਦਾ ਗਾਣਾ ਆ ਜਾਂਦਾ। ਕਰਨ ਔਜਲੇ ਨੇ ਸਿਰਫ ਇੱਕ ਗਾਣਾ ਕੀਤਾ ਬਾਲੀਵੁੱਡ 'ਚ, ਐਂਡ ਬਾਈ ਦੇ ਮੰਥਲੀ ਲਿਸਨਰ ਬਹੁਤ ਜ਼ਿਆਦਾ ਬੂਮ ਹੋ ਚੁੱਕੇ ਆ। ਕਰਨ ਔਜਲੇ ਨੇ ਦਲਜੀਤ ਨੂੰ ਵੀ ਪਿੱਛੇ ਛੱਡਤਾ ਆ। ਮੰਥਲੀ ਲਿਸਨਰ ਦਲਜੀਤ ਦੇ ਸੀਗੇ ਕੁਛ 18.5, ਕਰਨ ਔਜਲੇ ਦੇ ਆਲਮੋਸਟ ਹੁਣ 19 ਮਿਲੀਅਨ ਹੋਣ ਵਾਲੇ ਆ। ਲਿਟਰਲੀ ਨੀਅਰ ਅਬਾਊਟ 2 ਕਰੋੜ ਬੰਦਾ, ਹੈ ਨਾ, ਮੰਥਲੀ ਸੁਣ ਰਿਹਾ ਇਸ ਆਰਟਿਸਟ ਦੇ ਗਾਣੇ। ਇਹ ਵੀ ਕਿੱਡੀ ਵੱਡੀ ਗੱਲ ਆ ਆਪਣੇ ਆਪ 'ਚ, ਹੈ ਨਾ। ਮਤਲਬ ਹੁਣ ਤੱਕ ਦਲਜੀਤ ਨੇ ਬਹੁਤ ਸਾਰਾ ਕੰਮ ਕਰਦਾ। ਦਲਜੀਤ ਬਾਈ ਦਾ ਹੁਣੇ ਰੀਸੈਂਟਲੀ ਇੱਕ ਇੰਟਰਨੈਸ਼ਨਲ ਕਲੈਬ ਵੀ ਡਰੋਪ ਹੋਈ ਆ। ਕਰਨ ਔਜਲੇ ਨੇ, ਮੈਨੂੰ ਲੱਗਦਾ, ਮਹੀਨਾ ਹੋ ਗਿਆ ਆਲਮੋਸਟ, ਮਹੀਨਾ ਪਹਿਲਾਂ ਈਪੀ ਡਰੋਪ ਕੀਤੀ ਸੀ। ਈਪੀ ਤੋਂ ਬਾਅਦ, ਹੈ ਨਾ, ਫਿਰ ਵੀ ਸਟਿਲ ਸਟ੍ਰੀਮਾਂ ਵੱਧ ਰਹੀਆਂ, ਲਿਸਨਰ ਵੱਧ ਰਹੇ ਆ, ਐਂਡ ਨੀਅਰ ਅਬਾਊਟ 19 ਮਿਲੀਅਨ ਜਿਹੜੇ ਮੰਥਲੀ ਲਿਸਨਰ ਹੋ ਚੁੱਕੇ ਆ। ਦਲਜੀਤ ਨੂੰ ਵੀ ਪਿੱਛੇ ਛੱਡਤਾ, ਜੋ ਕਿ ਆਪਣੇ ਆਪ 'ਚ ਕਾਫੀ ਵੱਡੀ ਗੱਲ ਆ। ਇਸੇ ਕਰਕੇ ਔਜਲੇ ਨੂੰ, ਮਤਲਬ ਅੱਜ ਤੋਂ ਔਜਲਾ ਤਾਂ ਕਾਫੀ ਟਾਈਮ ਪਹਿਲਾਂ ਹੀ ਪ੍ਰੂਫ ਕਰ ਗਿਆ ਸੀ ਕਿ ਮੈਂ ਇਹਨਾਂ ਸਾਰਿਆਂ ਤੋਂ ਵੇ ਅਹੈਡ ਆ, ਬਟ ਹੁਣ ਜਦੋਂ ਸਟ੍ਰੀਮਾਂ ਵੱਧ ਰਹੀਆਂ, ਉਹਦਾ ਗ੍ਰਾਫ ਵੱਧ ਰਿਹਾ, ਇਹ ਚੀਜ਼ਾਂ ਲਿਟਰਲੀ ਪ੍ਰੂਵ ਹੋ ਰਹੀਆਂ। ਹੁਣ ਤੁਸੀਂ ਕਮੈਂਟ ਕਰਕੇ ਦੱਸੋ ਆਪਦੇ ਓਪੀਨੀਅਨ, ਤੁਹਾਨੂੰ ਜੋ ਕਿ ਆਪਣੇ ਆਪ 'ਚ। ਐਂਡ ਸਭ ਤੋਂ ਵੱਡੀ ਗੱਲ, ਹੈ ਨਾ, ਕਰਨ ਔਜਲੇ ਦੀ ਇਹ ਹਲੇ ਸਟਾਰਟਿੰਗ ਹੀ ਆ, ਹਜੇ ਪਹਿਲਾਂ ਹੀ ਬਾਲੀਵੁੱਡ 'ਚ ਗਾਣਾ ਆਇਆ। ਹੋਰ ਵੀ ਬਾਲੀਵੁੱਡ ਦੇ ਵਿੱਚ ਅਪਕਮਿੰਗ ਪ੍ਰੋਜੈਕਟਸ ਚੱਲ ਰਹੇ ਹੋਣਗੇ, ਹੋਰ ਵੀ ਗਾਣੇ ਵਾਧੂ ਆਉਣਗੇ। ਨੂਰ ਅਫਤਹੀ ਨਾਲ ਵੀ ਇੱਕ ਗਾਣਾ ਆ ਰਿਹਾ, ਬਾਦਸ਼ਾਹ, ਨੂਰ ਅਫਤਹੀ, ਕਰਨ ਔਜਲਾ, ਉਹਦੇ ਲਈ ਵੀ ਮੈਂ ਕਾਫੀ ਐਕਸਾਈਟਡ ਆ ਕੀ ਬਣਾਉਣਗੇ, ਹੈ ਨਾ, ਇਕੱਠੇ ਮਿਲ ਕੇ। ਸੋ ਵੀ ਇੱਕ ਵੱਡੇ ਲੈਵਲ ਦੀ ਚੀਜ਼ ਹੋਊਗੀ। ਮਤਲਬ ਹਜੇ ਸਿਰਫ ਇੱਕ ਗਾਣਾ ਆਇਆ ਬਾਲੀਵੁੱਡ 'ਚ, ਅਤੇ ਮਤਲਬ ਇੰਨਾ ਜ਼ਿਆਦਾ ਬੂਮ ਵੱਜਿਆ। ਹਜੇ ਸੋਚੋ ਜਦੋਂ ਪੂਰਾ ਸਾਲ ਪ੍ਰੋਪਰ ਵਰਕ ਹੋਊਗਾ ਅਤੇ ਕਿੰਨੇ, ਮਤਲਬ, ਗਾਣੇ ਆਉਣਗੇ ਬਾਲੀਵੁੱਡ ਦੇ ਵਿੱਚ ਹੋਰ, ਅਤੇ ਕਿੱਦਾਂ ਵੱਡਾ ਗ੍ਰਾਫ ਹੋ ਜਾਊ ਨਾ। ਇੰਨੇ ਮੰਥਲੀ ਲਿਸਨਰ ਕੋਈ ਖਾਲਾ ਜਿਹਦਾ ਵੜਾ ਤਾਂ ਹੈ ਨਹੀਂ।